सत श्री अकाल दोस्तों, चैनल पंजाब न्यूज़ अपडेट देख रहे सारे ही स्रोतियां नूं जी आयां नूं जी। इस वेले दी वड्डी अपडेट तुहाडे नाल सांझी कर रहे हैं जी, जिन्हों बिग ब्रेकिंग न्यूज़ कहिंदे आ जी। पंजाब दे विच 27 नूं सरकारी छुट्टी दा ऐलान, सरकारी दफ्तर, बोर्ड, कारपोरेशन ते विद्यक अदारे रहणगे बंद। सो पंजाब दे साबका मुख्यमंत्री ਅਤੇ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੇ ਕੱਲ੍ਹ ਹੋਏ ਦੇਹਾਂਤ ਦੇ ਉਪਰੰਤ ਪੰਜਾਬ ਸਰਕਾਰ ਨੇ ਸੋਗ ਵਜੋਂ ਸੂਬੇ ਪੰਜਾਬ ਦੇ ਵਿੱਚ 27 ਅਪ੍ਰੈਲ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਸਾਰੇ ਸਕੂਲ, ਕਾਲਜ, ਦਫ਼ਤਰ, ਬੋਰਡ, ਕਾਰਪੋਰੇਸ਼ਨ ਅਤੇ ਵਿੱਦਿਅਕ ਅਦਾਰੇ ਕੱਲ੍ਹ ਬੰਦ ਰਹਿਣਗੇ। ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੁਣੇ ਹੁਣੇ ਜਿਹੜਾ ਇਹ ਵੱਡਾ ਟਵੀਟ ਕੀਤਾ ਗਿਆ, ਸੋ ਵੱਡਾ ਐਲਾਨ ਕੀਤਾ ਗਿਆ ਹੈ ਜੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੇ ਕੱਲ੍ਹ ਹੋਏ ਦੇਹਾਂਤ ਦੇ ਉਪਰੰਤ ਪੰਜਾਬ ਸਰਕਾਰ ਨੇ ਸੋਗ ਦੇ ਵਜੋਂ 27 ਅਪ੍ਰੈਲ ਨੂੰ ਸੂਬੇ ਪੰਜਾਬ ਦੇ ਵਿੱਚ ਵੱਡੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਦੋਸਤੋ, ਤੁਸੀਂ ਆਪਣੇ ਕੀਮਤੀ ਵਿਚਾਰ ਕਮੈਂਟ ਸੈਕਸ਼ਨ 'ਚੋਂ ਰੱਖ ਸਕਦੇ ਹੋ। ਧੰਨਵਾਦ।